ਤਾਂ ਬਿਲਕੁਲ ਇੱਕ ਪਾਸੇ ਜਿੱਥੇ ਪੰਜਾਬ ਪੁਲਿਸ ਅਲਰਟਾ ਉੱਥੇ ਸਿਵਲ ਪ੍ਰਸ਼ਾਸਨ ਵੀ ਰਾਤ ਨੂੰ ਸੜਕਾਂ ਤੇ ਹੀ ਦਿਖਾਈ ਦੇ ਰਿਹਾ ਹੈ ਮਾਨਯੋਗ ਐਸ.ਡੀ.ਐਮ ਜਲਾਲਾਬਾਦ ਹੁਣੇ ਇੱਥੋਂ ਜਿਹੜਾ ਕੀ ਲੰਘ ਕੇ ਗਿਆ ਇਸ ਤੋਂ ਇਲਾਵਾ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਕਿਸ ਤਰ੍ਹਾਂ ਦੇ ਨਾਲ ਪੁਲਿਸ ਦੇ ਵੱਲੋਂ ਰਾਤ ਦੇ ਸਮੇਂ ਵੀ ਜਿਹੜਾ ਚੈਕਿੰਗ ਕੀਤੀ ਜਾ ਰਹੀ ਹੈ ਅਲਰਟਾ ਪੁਲਿਸ ਹਰ ਇੱਕ ਆਉਣ ਜਾਣ ਵਾਲੇ ਨੂੰ ਰੋਕ ਕੇ ਉਸ ਦੀ ਚੈਕਿੰਗ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤਾਂ ਬਿਲਕੁਲ ਚੈਲੰਜ ਵੱਡਾ ਹੈ ਹਾਲਾਤ ਜਿਹੜੇ ਬਣੇ ਹੋਏ ਆ ਉਹਨਾਂ ਹਾਲਾਤਾਂ ਦੇ ਮੱਦੇ ਨਜ਼ਰ ਪੁਲਿਸ ਪੂਰੀ ਤਰ੍ਹਾਂ ਦੇ ਨਾਲ ਅਲਰਟ ਦਿਖਾਈ ਦੇ ਰਹੀ ਹੈ ਹਰ ਇੱਕ ਵਹੀਕਲ ਦੀ ਜਿਹੜੀ ਹੈ ਉਹ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਬਿਲਕੁਲ ਤਸਵੀਰਾਂ ਦਿਖਾਉਣ ਦੀ ਤੁਹਾਨੂੰ ਕੋਸ਼ਿਸ਼ ਕਰਾਂਗੇ ਤਾਂ ਵੱਡੇ ਅਫਸਰ ਖੁਦ ਜਿਹੜਾ ਇਸ ਟਾਈਮ ਸੜਕ ਤੇ ਦਿਖਾਈ ਦੇ ਰਹੀ ਹੈ ਤਾਂ ਪੁਲਿਸ ਅਲਰਟ ਹੈ ਇਸ ਤੋਂ ਇਲਾਵਾ ਤਸਵੀਰਾਂ ਜਿਹੜੀਆਂ ਉਹ ਸਰਹੱਦ ਦੀਆਂ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ। ਤਾਂ ਬਿਲਕੁਲ ਜਲਾਲਾਬਾਦ ਤੋਂ ਹੁਣ ਜਿਹੜਾ ਹੈਗਾ ਅਸੀਂ ਚੱਲ ਪਏ ਆ ਤਾਂ ਸਰਹੱਦ ਤੱਕ ਜਿਹੜਾ ਅੱਜ ਜਾਵਾਂਗੇ ਜਲਾਲਾਬਾਦ ਸਬ-ਡਿਵੀਜ਼ਨ ਦੇ ਡੀਐਸਪੀ ਐਸਐਚਓ ਜਿਹੜਾ ਨਾਲ ਹੈਗੇ ਆ ਤਾਂ ਕੋਸ਼ਿਸ਼ ਜਿਹੜੀ ਹੈ ਉਹ ਇਹੀ ਹੋਏਗੀ ਕਿ ਰਾਤ ਦੇ ਸਮੇਂ ਸਰਹੱਦ ਤੇ ਕਿੱਦਾਂ ਦੇ ਹਾਲਾਤ ਹੁੰਦੇ ਆ ਇਹ ਤੁਹਾਨੂੰ ਦਿਖਾਏ ਜਾਂ ਤਾਂ ਫਿਲਹਾਲ ਜਿਹੜਾ ਅਸੀਂ ਜਲਾਲਾਬਾਦ ਤੋਂ ਹੁਣ ਸਰਹੱਦ ਦੇ ਲਈ ਭਾਰਤ-ਪਾਕ ਇੰਟਰਨੈਸ਼ਨਲ ਬਾਰਡਰ ਤੇ ਜੀ ਦੇ ਵਿੱਚ ਜਿਹੜਾ ਸੀ ਉਹ ਸੀ ਤਾਂ ਹਾਉਂਦੀ ਓਸੀ ਜਿਹੜੀ ਆ ਉਹ ਜ਼ਰੂਰ ਕਰਾਂਗੇ ਸਖਦੇ ਉਹ ਗੱਡੀਆਂ ਜਿਹੜੀਆਂ ਇੱਕ ਵਾਰ ਫੇਰ ਇੱਥੋਂ ਜਿਹੜੀਆਂ ਤੁਰ ਚੁੱਕੀਆਂ ਔਰ ਕੋਸ਼ਿਸ਼ ਕਰਾਂਗੇ ਤੁਹਾਨੂੰ ਦਿਖਾਉਣ ਦੀ ਕਿ ਦੋ ਦੋ ਗੱਡੀਆਂ ਸੀ ਦੋ ਤੋਂ ਬਾਅਦ ਹੁਣ ਜਿਹੜਾ ਉਹਨਾਂ ਦੀ ਗਿਣਤੀ ਵੱਧ ਗਈ ਹੈ ਤਿੰਨ ਹੋ ਚੁੱਕੀਆਂ ਤਾਂ ਜਲਾਲਾਬਾਦ ਸਬਡਿਵੀਜ਼ਨ ਦੀ ਡੀਐਸਪੀ ਇਸ ਤੋਂ ਇਲਾਵਾ ਸਿਟੀ ਐਸਐਚਓ ਇਸ ਤੋਂ ਇਲਾਵਾ ਕਬਾਇਆ ਚੌਕੀ ਇੰਚਾਰਜ ਜਿਹੜਾ ਹੈਗਾ ਗੱਡੀਆਂ 4ਵੀਂ सदर सॉरी ਮਾਫ ਕਰਨਾ सदर ਤੋਂ ਐਸ ਐਚਓ ਸਾਹਮਣੇ ਜਿਹੜਾ ਹੈਗਾ ਤਸਵੀਰਾਂ ਦੇ ਵਿੱਚ ਦਿਖਾਈ ਦੇ ਰਿਹਾ ਹੈ ਕਿ ਹੁਣ ਜਿਹੜਾ ਬਾਰਡਰ ਵੱਲ ਨੂੰ ਪੈਟਰੋਲਿੰਗ ਜਿਹੜੀ ਆ ਉਹ ਸ਼ੁਰੂ ਹੋ ਚੁੱਕੀ ਹੈ ਪੁਲਿਸ ਦੇ ਵੱਲੋਂ ਬਾਰਡਰ ਇਲਾਕਾ ਜਿਹੜਾ ਉਸ ਦੀ ਹੁਣ ਅ ਦੂਸਰੇ ਲਫ਼ਜ਼ਾਂ ਵਿੱਚ ਕਿਹਾ ਜਾਵੇ ਤਾਂ ਚੈਕਿੰਗ ਜਿਹੜੀ ਆ ਰਾਤ ਦੇ ਸਮੇਂ ਉਹ ਕੀਤੀ ਜਾਏਗੀ ਅਸੀਂ ਪੁਲਿਸ ਦੇ ਨਾਲ-ਨਾਲ ਆ ਗੱਡੀਆਂ ਦੇ ਪਿੱਛੇ-ਪਿੱਛੇ ਹੀਗੇ ਆ ਇਸ ਤਰ੍ਹਾਂ ਦੇ ਨਾਲ ਅੱਜ ਤਸਵੀਰਾਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਇਹ ਹੀ ਹੈ ਕਿ ਰਾਤ ਦੇ ਸਮੇਂ ਪੁਲਿਸ ਦਾ ਕੰਮ ਕਿਸ ਤਰ੍ਹਾਂ ਦਾ ਹੁੰਦਾ ਅਵੂਮਨ ਦਿਨ ਦੇ ਟਾਈਮ ਜਿਹੜਾ ਉਹ ਅਸੀਂ ਦੇਖਦੇ ਹਾਂ ਪੁਲਿਸ ਕੀ ਕਰਦੀ ਹੈ ਕਿਸ ਤਰ੍ਹਾਂ ਦੇ ਨਾਲ ਕਰਦੀ ਹੈ ਤਾਂ ਰਾਤ ਨੂੰ ਜਿਹੜਾ ਹੈਗਾ ਜਦ ਅਸੀਂ ਆਪਣੇ ਘਰਾਂ ਦੇ ਵਿੱਚ ਆਰਾਮ ਨਾਲ ਸੁਰੱਖਿਆ ਸੁਰੱਖਿਅਤ ਮਹਿਸੂਸ ਕਰਦੇ ਹਾਂ ਆਪਦੇ ਆਪ ਨੂੰ ਤਾਂ ਸਾਡੀ ਸੁਰੱਖਿਆ ਜਿਹੜੀ ਹੈ ਉਹ ਜਿੰਨਾ ਦੇ ਮੋਢੇ ਤੇ ਹੁੰਦੀ ਹੈ ਉਹ ਕਿਸ ਤਰ੍ਹਾਂ ਦੇ ਨਾਲ ਰਾਤ ਨੂੰ ਆਪਣੀ ਡਿਊਟੀ ਨਿਭਾਉਂਦੇ ਆ ਉਹ ਦਿਖਾਉਣ ਦੀ ਜਿਹੜੀ ਹੈ ਕੋਸ਼ਿਸ਼ ਤੁਹਾਨੂੰ ਕਰ ਰਹੇ ਹਾਂ ਤਾਂ ਹੁਣ ਜਿਹੜਾ ਅਸੀਂ ਸਰਹੱਦ ਵੱਲ ਨੂੰ ਵੱਧ ਰਹੇ ਹਾਂ ਤਾ ਇੱਕ ਤੋਂ ਬਾਅਦ ਦੋ ਤੋਂ ਦੋ ਤੋਂ ਬਾਅਦ ਹੁਣ ਤਿੰਨ ਜਿਹੜੀਆਂ ਗੱਡੀਆਂ ਪੁਲਿਸ ਦੀਆਂ ਸਾਡੇ ਨਾਲ ਚੱਲ ਰਹੀਆਂ ਉਹਨਾਂ ਦੇ ਨਾਲ ਅਸੀਂ ਹੁਣ ਜ਼ੀਰੋ ਲਾਈਨ ਯਾਨੀ ਕਿ ਜੋ ਸਾਡਾ ਮਕਸਦ ਸੀਗਾ ਜਿੱਥੇ ਜੋ ਤਸਵੀਰਾਂ ਅਸੀਂ ਤੁਹਾਨੂੰ ਦਿਖਾਣੀਆਂ ਚਾਹੁੰਦੇ ਸੀ ਸ਼ੁਰੂਆਤ 'ਚ ਅਸੀਂ ਗੱਲ ਕੀਤੀ ਸੀ ਉਹ ਟਾਈਮ ਜਿਹੜਾ ਆ ਗਿਆ ਅਸੀਂ ਹੁਣ ਉੱਥੇ ਜਿਹੜਾ ਵਧ ਰੇ ਬਣੇ ਰੋ ਸਾਡੇ ਨਾਲ ਭਾਰਤ-ਪਾਕ ਸਰਹੱਦ ਤੇ ਪਿੰਡ ਟਾਲੀ ਵਾਲਾ ਵਿਖੇ ਪੁਲਿਸ ਦੇ ਵੱਲੋਂ ਤਾਇਨਾਤ ਕੀਤੀਆਂ ਗਈਆਂ ਬਖਤਰਬੰਦ ਗੱਡੀਆਂ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ ਕੀ ਸਰਹੱਦ ਤੇ ਲਗਾਤਾਰ ਡਰੋਨ ਦੀ ਐਕਟੀਵਿਟੀਜ਼ ਅਤੇ ਪੂੰਡੀ ਮੁਲਕ ਦੇ ਵੱਲੋਂ ਹਥਿਆਰਾਂ ਅਤੇ ਨਸ਼ੇ ਦੀ ਸਪਲਾਈ ਕਰਨ ਦੇ ਮੱਦੇਨਜ਼ਰ ਪੁਲਿਸ ਦੇ ਵੱਲੋਂ ਮੁਸਤੈਦੀ ਵਧਾਈ ਗਈ ਹੈ ਰਾਤ ਦੇ ਸਮੇਂ ਜਿੱਥੇ ਸਰਹੱਦ ਤੇ ਪੁਲਿਸ ਦੇ ਵੱਲੋਂ ਸਪੈਸ਼ਲ ਨਾਕੇ ਲਗਾਏ ਜਾ ਰਹੇ ਆ ਉੱਥੇ ਹੀ ਉੱਚ ਅਧਿਕਾਰੀ ਰਾਤ ਦੇ ਸਮੇਂ ਖੁਦ ਇਹਨਾਂ ਇਲਾਕਿਆਂ ਦੇ ਵਿੱਚ ਪੈਟਰੋਲਿੰਗ ਕਰ ਰਹੇ ਹਨ ਦੱਸ ਦਈਏ ਕਿ ਪੁਲਿਸ ਨੇ ਦੱਸਿਆ ਕਿ ਪੁਲਿਸ ਦੇ ਵੱਲੋਂ ਇਹਨਾਂ ਇਲਾਕਿਆਂ ਦੇ ਵਿੱਚ ਤਿੰਨ ਬਖਤਰਬੰਦ ਗੱਡੀਆਂ ਤਾਇਨਾਤ ਕੀਤੀਆਂ ਗਈਆਂ ਨੇ ਤਾਂ ਜੋ ਕਿ ਕਿਸੇ ਵੀ ਤਰ੍ਹਾਂ ਦੀ ਅਨੁਸਫਾਵੀ ਕਟਨਾ ਤੇ ਤੁਰੰਤ ਕਾਬੂ ਪਾਲਿਆ ਜਾਵੇ ਪੁਲਿਸ ਦਾ ਕਹਿਣਾ ਹੈ ਕਿ ਲਗਾਤਾਰ ਬਾਰਡਰ ਤੇ ਹਾਲਾਤ ਚਿੰਤਾਜਨਕ ਬਣੇ ਹੋਏ ਨੇ ਜਿਸ ਨੂੰ ਲੈ ਕੇ ਪੁਲਿਸ ਦੇ ਵੱਲੋਂ ਮੁਸਤੈਦੀ ਵਧਾਈ ਗਈ ਹੈ ਔਰ ਐਸੀ ਮੁਸਤੈਦੀ ਤੇ ਚਲਦੇ ਪੁਲਿਸ ਦੇ ਵੱਲੋਂ 53 ਕਰਮਚਾਰੀ ਰਾਤ ਦੇ ਸਮੇਂ ਬਾਰਡਰ ਤੇ ਸਪੈਸ਼ਲ ਡਿਊਟੀ ਤੇ ਤਾਇਨਾਤ ਕੀਤੇ ਗਏ ਹਨ ਸਬ ਡਿਵੀਜ਼ਨ ਜਲਾਲਾਬਾਦ ਦੇ ਡੀਐਸਪੀ ਖਾਣਾ ਸਿਟੀ ਦੇ ਐਸਐਚਓ ਅਤੇ थाना ਸਦਰ ਦੇ ਐਸਐਚਓ ਰਾਤ ਦੇ ਵੇਲੇ ਲਗਾਤਾਰ ਇਹਨਾਂ ਨਾਕਿਆਂ ਤੇ ਪੈਟਰੋਲਿੰਗ ਕਰ ਰਹੇ ਹਨ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸੰਜਾ ਟੀਵੀ ਪੰਜਾਬ ਮੈਂ ਹਾਂ ਰਵਿੰਦਰ ਤਨੇਜਾ ਗਵਾਂਡੀ ਮੁਲਕ ਦੇ ਵੱਲੋਂ ਲਗਾਤਾਰ ਨਾਪਾਕ ਹਰਕਤਾਂ ਕੀਤੀਆਂ ਜਾ ਰਹੀਆਂ ਹਨ ਡਰੋਨ ਵਾਰ-ਵਾਰ ਜਿਹੜਾ ਭਾਰਤ ਦੀ ਸਰਹੱਦ ਦੇ ਵਿੱਚ ਆ ਰਹੇ ਆ ਜਿਨ੍ਹਾਂ ਦੇ ਰਾਹੀਂ ਜਿੱਥੇ ਨਸ਼ਾ ਆ ਰਿਹਾ ਉੱਥੇ ਹੀ ਹਥਿਆਰਾਂ ਦੀ ਸਪਲਾਈ ਵੀ ਕੀਤੀ ਜਾ ਰਹੀ ਹੈ ਤਾਂ ਸਰਹੱਦੀ ਇਲਾਕੇ ਦੇ ਵਿੱਚ ਹੈਗੇ ਆ ਇਸ ਟਾਈਮ ਜੇਕਰ ਗੱਲ ਕੀਤੀ ਜਾਵੇ ਤਾਂ ਅਸੀਂ ਅੱਜ ਨਿਕਲੇ ਆ ਗਰਾਉਂਡ ਜ਼ੀਰੋ ਦਿਖਾਉਣ ਦੇ ਲਈ ਕਿ ਰਾਤ ਦੇ ਸਮੇਂ ਜਦ ਅਸੀਂ ਆਪਣੇ ਘਰਾਂ ਦੇ ਵਿੱਚ ਚੈਨ ਦੀ ਨੀਂਦ ਸੌਰੇ ਹੁੰਨੇ ਆ ਤਾਂ ਉਸ ਟਾਈਮ ਸਾਡੀ ਸੁਰੱਖਿਆ ਜਿਹੜੀ ਹੁੰਦੀ ਹੈ ਉਹ ਕਿਸ ਤਰ੍ਹਾਂ ਦੀ ਹੁੰਦੀ ਹੈ ਪੰਜਾਬ ਪੁਲਿਸ ਦੇ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਆ ਲੇਕਿਨ ਉਹਨਾਂ ਦਾਅਵਿਆਂ ਦੇ ਵਿੱਚ ਤੇ ਹਕੀਕਤ ਦੇ ਵਿੱਚ ਕਿੰਨੀ ਸੱਚਾਈ ਹੈ ਇਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਅਸੀਂ ਇਸ ਟਾਈਮ ਮੌਜੂਦ ਹੈਗੇ ਆ ਜਲਾਲਾਬਾਦ ਦੇ ਸ਼ਹੀਦ ਉਦਮ ਸਿੰਘ ਚੌਕ ਦੇ ਵਿੱਚ ਤਾਂ ਜਲਾਲਾਬਾਦ ਸਬਡਿਵੀਜ਼ਨ ਦੇ ਵਿੱਚ ਕਿਸ ਤਰ੍ਹਾਂ ਦੇ ਨਾਕੇ ਲੱਗੇ ਆ ਕਿੱਥੇ-ਕਿੱਥੇ ਆ ਔਰ ਇਸ ਤੋਂ ਇਲਾਵਾ ਸਰਹੱਦ ਤੇ ਕਿਸ ਤਰ੍ਹਾਂ ਦੀ ਸਿਕਿਉਰਿਟੀ ਹੈ ਉਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਇਸ ਟਾਈਮ ਅਸੀਂ ਨਾਕੇ ਦੇ ਇੱਕ ਦੇ ਮੌਜੂਦ ਹੈਗੇ ਆ ਜੋ ਕਿ ਸ਼ੀਦ ਉਦਮ ਸਿੰਘ ਚੌਕ ਦੇ ਵਿੱਚ ਹੈ ਪਹਿਲਾਂ ਤਸਵੀਰਾਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਰਾਤ ਦੇ ਸਮੇਂ ਇੱਥੇ ਪੁਲਿਸ ਤਾਇਨਾਤ ਹੈ ਔਰ ਪੁਲਿਸ ਦੇ ਵੱਲੋਂ ਹਰ ਇੱਕ ਆਣ ਜਾਣ ਵਾਲੇ ਦਾ ਜਿਹੜਾ ਕੀ ਹੈ ਚੈੱਕ ਕੀਤਾ ਜਾ ਰਿਹਾ ਹੈ ਵੀਕਲਸ ਜਿਹੜੇ ਹੈਗੇ ਆ ਉਹ ਚੈੱਕ ਕੀਤੇ ਜਾ ਰਹੇ ਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਕੋਈ ਵੀ ਵੀਕਲ ਜੇਕਰ ਰਾਤ ਨੂੰ ਆਂਦਾ ਤਾਂ ਚੈਕਿੰਗ ਕੀਤੀ ਜਾਂਦੀ ਹੈ ਔਰ ਇਸ ਟਾਈਮ ਚੈਕਿੰਗ ਦੇ ਲਈ ਜਲਾਲਾਬਾਦ ਸਬ ਡਿਵੀਜ਼ਨ ਤੋਂ ਡੀਐਸਪੀ ਅਤુલ ਸੋਨੀ ਖੁਦ ਨਿਕਲੇ ਹੋਏ ਨੇ ਜੋ ਕਿ ਚੈਕਿੰਗ ਕਰ ਰਹੀ ਹੈ ਹਰ ਇੱਕ ਵਹੀਕਲ ਦੀ ਜਿਹੜੀ ਹੈ ਉਹ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਸੁਰੱਖਿਆ ਦੇ ਮੱਦੇ ਨਜ਼ਰ ਜੇਕਰ ਗੱਲ ਕੀਤੀ ਜਾਵੇ ਤਾਂ ਪੁਲਿਸ ਅਲਰਟ ਹੈ ਪੁਲਿਸ ਅਲਰਟ ਦਿਖਾਈ ਦੇ ਰਹੀ ਹੈ ਤਾਂ ਇਹ ਜਾਇਜ਼ ਵੀ ਹੈ ਕਿਉਂਕਿ ਹਾਲਾਤ ਜਿਹੜੇ ਆ ਉਹ ਜਿਸ ਤਰ੍ਹਾਂ ਦੇ ਬਣੇ ਆ ਉਸ ਦੇ ਮੱਦੇ ਨਜ਼ਰ ਅਲਰਟ ਦਿਖਾਈ ਦੇ ਰਹੀ ਹੈ ਪੁਲਿਸ ਤਾਂ ਜਲਾਲਾਬਾਦ ਦੇ ਵਿੱਚ ਨਾਕੇ ਐ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਤਾਂ ਹਰ ਇੱਕ ਆਣ ਜਾਣ ਵਾਲੇ ਤੋਂ ਜਿਹੜੀ ਹੈ ਗਹਿਨਤਾ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਗੱਲਬਾਤ ਵੀ ਕਰਾਂਗੇ ਪਬਲਿਕ ਹੈ ਰਾਤ ਨੂੰ ਜੋ ਸਫਰ ਕਰਦੇ ਆ ਉਹ ਇੱਥੇ ਲੋਕ ਮੌਜੂਦ ਹੈਗੇ ਆ ਇਸ ਤੋਂ ਇਲਾਵਾ ਗੱਲ ਕਰੀਏ ਤਾਂ ਸਬਡਿਵੀਜ਼ਨ ਜਲਾਲਾਬਾਦ ਦੇ ਡੀਐਸਪੀ ਅਤຸນ ਸੋਨੀ ਜੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਕਿਸ ਤਰ੍ਹਾਂ ਦਾ ਅਲਰਟਨੈਸ ਜਿਹੜੀ ਹੈ ਉਹ ਕਿਸ ਤਰ੍ਹਾਂ ਦੀ ਹੈ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਜੀ ਸਰ ਕਿਸ ਤਰ੍ਹਾਂ ਦੇ ਜਿਹੜੇ ਅਲਰਟਨੈਸ ਹੈਗੇ ਕਿਉਂਕਿ ਚਿੰਤਾ ਤਾਂ ਜ਼ਰੂਰ ਹੈਗੀ ਹੈ ਲਗਾਤਾਰ ਡਰੋਨਸ ਜਿਹੜੇ ਆ ਉਹ ਆ ਰਹੇ ਆ ਲਗਾਤਾਰ ਹਥਿਆਰ ਨਸ਼ਿਆਂ ਦੀ ਜਿਹੜੀ ਸਪਲਾਈ ਕੀਤੀ ਜਾ ਰਹੀ ਹੈ ਇਸ ਨੂੰ ਲੈ ਕੇ ਕਿੱਡਾ ਕੋਈ ਚੈਲੰਜ ਜਿਹੜਾ ਬਣਿਆ ਹੋਇਆ ਦੇਖੋ ਬਹੁਤ ਵੱਡਾ ਚੈਲੰਜ ਹੈਗੇ ਵੀ ਜਿਹੜਾ ਅੱਜ ਕੱਲ ਦੇ ਹਾਲਾਤ ਨੂੰ ਦੇਖ ਕੇ ਵੀ ਐਨਡੀਪੀਐਸ ਦੇ ਨਾਲ ਜਿਹੜੇ ਡਰੋਨਸ ਦੇ ਨਾਲ ਜਿਹੜੇ ਆਪਣੇ ਵੈਪਨਸ ਨਾਲ ਆ ਰਹੇਗੇ ਤੇ ਦਿਨ ਰਾਤ ਸਾਡੀ ਇਧਰ ਚੈਕਿੰਗ ਚੱਲ ਰਹੀ ਹੈ ਹੁਣ ਤੁਸੀਂ ਦੇਖ ਰਹੇ ਰਾਤ ਨੂੰ ਸਾਡੇ 12 ਵਜੇ ਹੈਗੇ ਤੇ ਸਾਡੀ ਚੈਕਿੰਗ ਪੂਰੀ ਸ਼ਹਿਰ ਸਾਡਾ ਸਾਡਾ ਪੂਰਾ ਸੀਲ ਕੀਤਾ ਹੋਇਆ ਗਿਆ ਇਸ ਤੋਂ ਬਾਅਦ ਨਾਲ ਨਾਲ ਜਿਹੜੇ ਸਾਡਾ ਬਾਰਡਰ ਏਰੀਆ ਪੈਂਦਾ ਕੋਈ 40 ਕਿਲੋਮੀਟਰ ਸਾਡਾ ਬਾਰਡਰ ਬਾਰਡਰ ਏਰੀਆ ਪੈਂਦਾ ਹੈਗਾ ਫਾਜ਼ਲਕਾ ਦੇ ਵਿੱਚ ਤੇ ਜਲਾਲਾਬਾਦ ਦੇ ਨਾਲ ਜਿਹੜੀ ਸਬਡਿਵੀਜ਼ਨ ਹੈਗੀ ਤੇ ਉਹਦੇ ਵਿੱਚ ਜਿਹੜੇ ਕਿ ਦੋ ਥਾਣੇ ਨੇ ਸਾਡੇ ਆਪਣਾ ਅਮੀਰ ਖਾਨ ਸਾਣਾ ਗਿਆ ਤੇ ਨਾਲ ਲੱਗਾ ਸਦਰ ਥਾਣਾ ਜਿਹੜਾ ਬਿਲਕੁਲ ਬਾਰਡਰ ਦੇ ਨਾਲ ਰਹਿੰਦਾ ਹੈਗਾ ਤੇ ਉਹਨਾਂ ਉੱਤੇ ਸਾਰੇ ਨਾਕੇ ਵਗੈਰਾ ਹੋਣਗੇ ਸਾਡੇ ਉੱਤੇ ਤੇ ਨਾਲੇ ਪਟ੍ਰੋਲਿੰਗ ਵੀ ਚੱਲਦੀ ਗਈ ਸੀ ਚੱਲਾਂਗੇ ਨਾਕੇ ਵੀ ਦੇਖਾਂਗੇ ਔਰ ਕੋਸ਼ਿਸ਼ ਕਰਾਂਗੇ ਸਰਹੱਦ ਤਾਈਂ ਵੀ ਜਾਵਾਂਗੇ ਜਿੱਥੋਂ ਤੱਕ ਅਸੀਂ ਜਾ ਸਕਦੇ ਆ ਔਰ ਕਿਸ ਤਰ੍ਹਾਂ ਦੇ ਨਾਕੇ ਹੈਗੇ ਆ ਪਰ ਜੇਕਰ ਅਸੀਂ ਸ਼ਹਿਰ ਦੀ ਗੱਲ ਕਰ ਲਈਏ ਤਾਂ ਸ਼ਹਿਰ ਤੇ ਜੇਕਰ ਅਮਰਜੈਂਸੀ ਕੋਈ ਪੈ ਜਾਂਦੀ ਹੈ ਤਾਂ ਫਿਰ ਰਿਸਪੌਂਡ ਕਿਸ ਤਰ੍ਹਾਂ ਦਾ ਹੁੰਦਾ ਸ਼ਹਿਰ ਚ ਸਾਡੀ ਸੇ ਪੀਸੀਆਰ ਪਾਰਟੀ ਚੱਲ ਰਹੀ ਹੈ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਮੈਂ 2 ਮਿੰਟਸ ਕਾਲ ਕਰਕੇ ਦੇ ਦਾਂ ਕਿੰਨਾ ਟਾਈਮ ਦੇ ਵਿੱਚ ਆਪਣੀ ਪਾਰਟੀ ਆ ਜਾਂਦੀ ਹੈ ਗੋਲ 3 ਵਿਕਟੋ 2 ਗੋਲ 3 ਜੀ ਸਰਕਾਰੀਆ ਗੋਲ ਜੀ ਦੋਨੋਂ ਪੀਸੀਆਰ ਪਾਰਟੀ ਜਿਹੜੀ ਹੈ ਨਾ ਇਥੇ ਨਾਕੇ ਤੇ ਪਹੁੰਚਣੀਆਂ ਮੇਰੇ ਕੋਲ ਰਾਜਨ ਸਰ ਪਾਪਾ ਵਨ ਮਗੀ ਜਿੱਥੇ ਵੀ ਏਰੀਆ ਦੇ ਵਿੱਚ ਤੇ ਤੇ ਏਰੀਆ ਦੇ ਵਿੱਚ ਤਿੰਨ ਜਾਂ ਚਾਰ ਪਾਰਟੀਆਂ ਸਾਡੇ ਕੋਲ ਹੁੰਦੀਆਂ ਪਰ ਦੋ ਅਸੀਂ ਇੱਕਦਮ ਇੱਥੇ ਬੁਲਾ ਲੈਂਦੇ ਹਾਂ ਬਾਕੀ ਫਿਰ ਸ਼ਹਿਰ ਸਾਡਾ ਜਿਹੜਾ ਹੈ ਜਿੱਦੇ ਸੂਣਾ ਰਹਿੰਦਾ ਹੈਗਾ ਉਹ ਕਾਰਨਰ ਵਾਲੇ ਪਾਸੇ ਤੇ ਜਿਹੜੇ ਵਿੱਚ ਡਿਵਾਈਡ ਦੇ ਵਿੱਚ ਉਹ ਸਾਰਾ ਹੀ ਡਿਵਾਈਡ ਕੀਤਾ ਹੋਇਆ ਹੈ ਪੈਟਰੋਲਿੰਗ ਦੇ ਨਾਲ ਜੀ ਇੱਕ ਕੁਇਕ ਰਿਸਪੌਂਸ ਟੀਮ ਦੇ ਤਰ੍ਹਾਂ ਕੰਮ ਕਰ ਰਹੀ ਹੈ ਜਦੋਂ ਤੁਸੀਂ ਕਿਤੇ ਵੀ ਅਮਰਜੈਂਸੀ ਹੁੰਦੀ ਹੈ ਬੁਲਾਉਂਦੇ ਹੋ ਤਾਂ ਉੱਥੇ ਪਹੁੰਚ ਜਾਂਦੇ ਸਾਰੇ ਕੁਇਕ ਰਿਸਪੌਂਸ ਦੇ ਹੋਣ ਦੇ ਹੋ ਗਏ ਥੋੜੀ ਦੇਰ ਨੂੰ ਦੇਖੋ ਇੱਕ ਗੱਡੀ ਦੂਜੀ ਉਨੇ ਨਾਲ ਪੀਸੀਆਰ ਪਾਰਟੀ ਸਾਰੀ ਆਏ ਨਹੀਂ ਗਿਆ ਤੇ ਜਿਸ ਦਿਨ ਤੁਸੀਂ ਕਾਲ ਕਰੋ ਵਿਦਨ 2 ਜਾਂ 3 ਮਿੰਟਸ ਦੇ ਵਿੱਚ ਲੋੜਗੇ ਇਥੇ ਪੁਲਿਸ ਆਫੀਸਰ ਕੋਈ ਨਾ ਕੋਈ ਪਹੁੰਚ ਆਏਗਾ ਜੀ ਬਿਲਕੁਲ ਤਸਵੀਰਾਂ ਚ ਦਿਖਾਓ ਐਸਐਚਓ ਥਾਣਾ ਸਿਟੀ ਵੀ ਪਹੁੰਚ ਚੁੱਕੇ ਆ ਤਾਂ ਬਿਲਕੁਲ ਜਿਹੜਾ ਪੁਲਿਸ ਅਲਰਟ ਜਿਹੜੀ ਹੈ ਦਿਖਾਈ ਦੇ ਰਹੀ ਹੈ ਔਰ ਰਾਤ ਦੇ 12:30 ਵਜੇ ਦਾ ਟਾਈਮ ਹੈ ਔਰ ਜਿੱਥੇ ਅਸੀਂ ਘਰਾਂ ਦੇ ਵਿੱਚ ਇਸ ਠੰਡ ਦੇ ਮੌਸਮ ਦੇ ਵਿੱਚ ਸੁੱਤੇ ਆ ਆਰਾਮ ਦੇ ਨਾਲ ਉੱਥੇ ਹੀ ਸਾਡੀ ਪੁਲਿਸ ਹੈ ਜਿਹੜੀ ਉਹ ਸੜਕਾਂ ਤੇ ਹੈ ਸਾਡੀ ਸੁਰੱਖਿਆ ਦੇ ਲਈ ਹੈ ਕੋਸ਼ਿਸ਼ ਕਰਾਂਗੇ ਅੱਜ ਤੁਹਾਨੂੰ ਦਿਖਾਣ ਦੀ ਸਰਹੱਦੀ ਇਲਾਕਾ ਸਰਹੱਦ ਵੀ ਤੁਹਾਨੂੰ ਦਿਖਾਣ ਦੀ ਕੋਸ਼ਿਸ਼ ਕਰਾਂਗੇ ਤਾਂ ਬਿਲਕੁਲ ਕਾਲ ਕਰੇ ਤੋਂ ਬਾਅਦ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਸਕਦੇ ਆ ਪੀਸੀਆਰ ਪੀਸੀਆਰ ਕੁਇਕ ਰਿਸਪੌਂਸ ਹੈ ਉਸੇ ਵੇਲੇ ਪੀਸੀਆਰ ਜਿਹੜੀ ਇੱਥੇ ਪਹੁੰਚ ਚੁੱਕੀ ਹੈ ਤਾਂ ਚੈਲੰਜ ਹੈ ਜਿਹੜਾ ਉਸ ਚੈਲੰਜ ਦੇ ਮੱਦੇ ਨਜ਼ਰ ਪੁਲਿਸ ਪੂਰੀ ਤਰ੍ਹਾਂ ਦੇ ਨਾਲ ਮੁਸਤੈਦ ਦਿਖਾਈ ਦੇ ਰਹੀ ਹੈ ਦੂਸਰੀ ਸਾਈਡ ਤੋਂ ਵੀ ਤਸਵੀਰਾਂ ਤੁਹਾਨੂੰ ਦਿਖਾਣ ਦੀ ਕੋਸ਼ਿਸ਼ ਕਰਾਂਗੇ ਮੈਂ ਆਪਣੇ ਸਾਥੀ ਨੂੰ ਕਹਾਂਗਾ ਆਓ ਇੱਕ ਮਿੰਟ ਤਾਂ ਬਿਲਕੁਲ ਦੂਸਰੀ ਸਾਈਡ ਤੇ ਵੀ ਤਸਵੀਰਾਂ ਤਸਵੀਰਾਂ ਜਿਹੜੀਆਂ ਉਹ ਤੁਹਾਨੂੰ ਦਿਖਾਣੇ ਆ ਜਿਸ ਤਰ੍ਹਾਂ ਦੇ ਨਾਲ ਜੀ ਬਿਲਕੁਲ ਤਸਵੀਰਾਂ ਤੁਹਾਨੂੰ ਦਿਖਾਣੇ ਆ ਜਿਸ ਤਰ੍ਹਾਂ ਦੇ ਨਾਲ ਕਾਲ ਕੀਤੀ ਗਈ ਤਾਂ ਮਹਿਜ਼ ਇੱਕ ਤੋਂ ਡੇਢ ਮਿੰਟ ਦੇ ਵਿੱਚ ਵਿੱਚ ਦੂਸਰਾ ਪੀਸੀਆਰ ਮੋਟਰਸਾਈਕਲ ਜਿਹੜਾ ਹੈਗਾ ਉਹ ਵੀ ਪਹੁੰਚ ਚੁੱਕਾ ਇੱਥੇ ਤਾਂ ਪੁਲਿਸ ਕਿਸ ਤਰ੍ਹਾਂ ਦੇ ਨਾਲ ਅਲਰਟ ਹੈਗੀ ਹੈ ਇਸ ਦਾ ਇੱਕ ਐਗਜ਼ਾਮਪਲ ਜਿਹੜਾ ਹੈਗਾ ਉਹ ਅਸੀਂ ਤੁਹਾਨੂੰ ਦਿਖਾ ਰਹੇ ਆ ਹਰ ਇੱਕ ਵਹੀਕਲ ਦੀ ਚੈਕਿੰਗ ਇੱਧਰ ਥੋੜਾ ਜਿਹਾ ਹਰ ਇੱਕ ਵਹੀਕਲ ਦੀ ਜਿਹੜੀ ਚੈਕਿੰਗ ਹੈ ਉਹ ਕੀਤੀ ਜਾ ਰਹੀ ਹੈ ਬਿਲਕੁਲ ਪੁਲਿਸ ਜਿਹੜੀ ਆ ਉਹ ਅਲਰਟ ਹੈ ਰਾਤ ਦੇ ਸਮੇ ਵੀ ਔਰ ਇਸ ਤੋਂ ਇਲਾਵਾ ਹੁਣ ਅਸੀਂ ਅੱਗੇ ਚੱਲਾਂਗੇ ਅੱਜ ਡੀਐਸਪੀ ਜਲਾਲਾਬਾਦ Atul Soni ਹੋਰਾਂ ਦੇ ਨਾਲ ਅੱਜ ਅਸੀਂ ਸਰਹੱਦ ਤੱਕ ਚੱਲਾਂਗੇ ਤਸਵੀਰਾਂ ਜਿਹੜੀਆਂ ਸਰਹੱਦ ਦੀਆਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿਸ ਤਰ੍ਹਾਂ ਦੇ ਨਾਕੇ ਐ ਸਰਹੱਦ ਦੇ ਉੱਪਰ ਹਾਈਵੇ ਦੇ ਉੱਪਰ ਔਰ ਪੁਲਿਸ ਜਿਹੜੀ ਐ ਰਾਤ ਨੂੰ ਕਿਸ ਤਰ੍ਹਾਂ ਦੇ ਨਾਲ ਕੰਮ ਕਰਦੀ ਐ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਬਿਲਕੁਲ ਜਲਾਲਾਬਾਦ ਤੋਂ ਹੁਣ ਜਿਹੜਾ ਹੈਗਾ ਅਸੀਂ ਚੱਲ ਪਏ ਆ ਤਾਂ ਸਰਹੱਦ ਤੱਕ ਜਿਹੜਾ ਅੱਜ ਜਾਵਾਂਗੇ ਜਲਾਲਾਬਾਦ ਸਬ ਡਿਵੀਜ਼ਨ ਦੇ ਡੀਐਸਪੀ ਐਸਐਚਓ ਜਿਹੜਾ ਨਾਲ ਹੈਗੇ ਆ ਤਾਂ ਕੋਸ਼ਿਸ਼ ਜਿਹੜੀ ਹੈ ਉਹ ਇਹੀ ਹੋਏਗੀ ਕਿ ਰਾਤ ਦੇ ਸਮੇਂ ਸਰਹੱਦ ਤੇ ਕਿੱਦਾਂ ਦੇ ਹਾਲਾਤ ਹੁੰਦੇ ਆ ਇਹ ਤੁਹਾਨੂੰ ਦਿਖਾਏ ਜਾਣ ਤਾਂ ਫਿਲਹਾਲ ਜਿਹੜਾ ਅਸੀਂ ਜਲਾਲਾਬਾਦ ਤੋਂ ਹੁਣ ਸਰਹੱਦ ਦੇ ਲਈ ਭਾਰਤ-ਪਾਕ ਇੰਟਰਨੈਸ਼ਨਲ ਬਾਰਡਰ ਦੇ ਲਈ ਨਿਕਲ ਚੁੱਕੇ ਆ ਤਸਵੀਰਾਂ ਦੇ ਵਿੱਚ ਜਿਹੜਾ ਹੈਗਾ ਉਸੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਜ਼ਰੂਰ ਕਰਾਂਗੇ। ਰੋਲ ਤਾਂ ਬਿਲਕੁਲ ਜਿਹੜਾ ਹੁਣ ਅਸੀਂ ਜਲਾਲਾਬਾਦ ਤੋਂ ਨਿਕਲ ਚੁੱਕੇ ਆਂ ਔਰ ਸਰਹੱਦ ਵੱਲ ਨੂੰ ਜਾ ਰਹੇ ਆਂ ਭਾਰਤ-ਪਾਕ ਇੰਟਰਨੈਸ਼ਨਲ ਬਾਰਡਰ ਹੈ। ਬਾਰਡਰ ਵੱਲ ਨੂੰ ਅਸੀਂ ਜਾ ਰਹੇ ਆਂ ਔਰ ਤਸਵੀਰਾਂ ਤੁਸੀਂ ਦੇਖ ਸਕਦੇ ਆਂ ਕਿ ਫੌਗ ਹੈ, ਧੁੰਦ ਹੈ ਔਰ ਪੁਲਿਸ ਕਿਸ ਤਰ੍ਹਾਂ ਦੇ ਨਾਲ ਮੁਸਤੈਦ ਹੈ। ਉਹ ਤੁਹਾਨੂੰ ਦਿਖਾ ਰਹੇ ਆ ਇਸ ਟਾਈਮ ਸਾਡੇ ਨਾਲ ਜਲਾਲਾਬਾਦ ਸਬਡਿਵੀਜ਼ਨ ਦੇ ਡੀਐਸਪੀ ਔਰ ਥਾਣਾ ਸਿਟੀ ਦੇ ਐਸਐਚਓ ਮੌਜੂਦ ਨੇ ਉਹਨਾਂ ਦੇ ਨਾਲ ਜਿਹੜਾ ਅਸੀਂ ਸਰਹੱਦ ਤੱਕ ਜਾ ਰਹੇ ਆ ਔਰ ਤਸਵੀਰਾਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਹਾਲਾਤ ਕਿਸ ਤਰ੍ਹਾਂ ਦੇ ਆ ਪਹਿਲਾਂ ਰਾਸਤੇ ਦੇ ਹਾਲਾਤ ਤੁਸੀਂ ਦੇਖ ਸਕਦੇ ਆ ਕਿ ਧੁੰਦ ਹੈ ਔਰ ਇਸ ਹਾਲਾਤਾਂ ਦੇ ਵਿੱਚ ਵੀ ਪੁਲਿਸ ਦੇ ਵੱਲੋਂ ਜਿਹੜਾ ਚੌਕਸੀ ਕੀਤੀ ਜਾ ਰਹੀ ਹੈ ਪੁਲਿਸ ਦੇ ਵੱਲੋਂ ਲਗਾਤਾਰ ਪੈਟਰੋਲਿੰਗ ਜਿਹੜੀ ਹੈ ਉਹ ਕੀਤੀ ਹੋਈ ਹੈ ਔਰ ਉੱਚ ਅਫਸਰ ਜਿਹੜੇ ਆ ਉਹ ਖੁਦ ਰਾਤ ਦੇ ਸਮੇਂ ਸੜਕਾਂ ਤੇ ਚੈਕਿੰਗ ਦੇ ਲਈ ਨਿਕਲੇ ਹੋਏ ਆ ਉਹਨਾਂ ਦੇ ਨਾਲ ਆਸੀਂ ਤਾਂ ਕੋਸ਼ਿਸ਼ ਕਰਾਂਗੇ ਅੱਜ ਸਰਹੱਦ ਤੱਕ ਜਾਵਾਂਗੇ ਰਾਤ ਦੇ ਸਮੇਂ ਕਿਸ ਤਰ੍ਹਾਂ ਦੀ ਸਿਕਿਉਰਿਟੀ ਹੁੰਦੀ ਹੈ ਉਸ ਦੀ ਝਲਕ ਵੀ ਕੈਮਰੇ ਦੇ ਵਿੱਚ ਕੈਦ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਤਸਵੀਰਾਂ ਜਿਹੜੀਆਂ ਪਹਿਲੀ ਵਾਰ ਅੱਜ ਅਸੀਂ ਤੁਹਾਨੂੰ ਜਿਹੜਾ ਬਾਰਡਰ ਦੀਆਂ ਰਾਤ ਦੇ ਸਮੇਂ ਜ਼ੀਰੋ ਲਾਈਨ ਤੱਕ ਜਿਹੜਾ ਕੀ ਅਸੀਂ ਜਾਵਾਂਗੇ ਔਰ ਬਾਰਡਰ ਦੀਆਂ ਤਸਵੀਰਾਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਧੁੰਦ ਦਾ ਮੌਸਮ ਜਿਹੜਾ ਸ਼ੁਰੂ ਹੋ ਗਿਆ ਔਰ ਇਸ ਧੁੰਦ ਦਾ ਫਾਇਦਾ ਜਿਹੜਾ ਤਸਕਰ ਹੈਗੇ ਆ ਸਾਡਾ ਪड़ोसी ਮੁਲਕ ਹੈ ਉਸ ਦੇ ਵੱਲੋਂ ਵੀ ਚੱਕਿਆ ਜਾਂਦਾ ਔਰ ਧੁੰਦ ਦੇ ਕਾਰਨ ਜਿਹੜਾ ਹੈਗਾ ਸਮਗਲਿੰਗ ਦੇ ਵਿੱਚ ਵਾਧਾ ਹੁੰਦਾ ਤਾਂ ਇੱਕ ਰਿਪੋਰਟ ਹੈ ਅਖਬਾਰ ਦੀ ਉਸ ਦੇ ਮੁਤਾਬਕ 81% ਜਿਹੜਾ ਡਰੋਨਸ ਦੀ ਗਤੀਵਿਧੀਆਂ ਦੇ ਵਿੱਚ ਸਰਹੱਦ ਤੇ ਵਾਧਾ ਜਿਹੜਾ ਦਰਜ ਕੀਤਾ ਗਿਆ ਇਸ ਸਾਲ ਇਸ ਤੋਂ ਇਲਾਵਾ 27 ਇਹੋ ਜਿਹੇ ਮਾਮਲੇ ਸਾਹਮਣੇ ਆਏ ਆ ਜਿਸ ਦੇ ਵਿੱਚ ਟੈਕਨੀਕਲ ਖਰਾਬੀ ਕਾਰਨ ਡਰੋਨ ਜਿਹੜੇ ਆ ਉਹ ਆਪਣੇ ਆਪ ਥੱਲੇ ਡਿੱਗ ਪਏ ਜਾਂ ਫਿਰ ਬੈਟਰੀ ਜਿਹੜੀ ਆ ਉਹ ਲੋ ਹੋ ਗਈ ਤਾਂ ਜਿਹੜਾ ਕਿ ਡਰੋਨ ਆਪਣੇ ਆਪ ਥੱਲੇ ਡਿੱਗ ਪਿਆ ਔਰ ਫਾਜ਼ਿਲਕਾ ਜ਼ਿਲ੍ਹੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਲੇਟੈਸਟ ਅੱਜ ਤੋਂ ਮਹਿਜ਼ 2 ਦਿਨ ਪਹਿਲਾਂ 25 ਪੈਕੇਟ ਹੈਰੋਇਨ ਇੱਕ ਪਿਸਟਲ 2 ਮੈਗਜ਼ੀਨ 50 ਜਿੰਦਾ ਰਾਉਂਡ ਜਿਹੜੇ ਆ ਉਹ ਬਰਾਮਦ ਹੋਏ ਆ ਉਹਦੇ ਵਿੱਚ ਵੀ ਪੁਲਿਸ ਦੇ ਪੁਲਿਸ ਅਤੇ ਬੀਐਸਐਫ ਦੇ ਵੱਲੋਂ ਸਾਂਝੇ ਤੌਰ ਤੇ ਜਿਹੜਾ ਕਿ ਜੁਆਇੰਟ ਸਰਚ ਕੀਤਾ ਗਿਆ ਸੀ ਪਹਿਲਾਂ ਖਬਰ ਸੀ ਕਿ 7 ਕਿਲੋ ਹੈਰੋਇਨ ਹੈ ਜਿਹੜੀ ਉਹ ਮਿਲੀ ਹੈ ਪਰ ਬਾਅਦ ਦੇ ਵਿੱਚ ਪਤਾ ਲੱਗਾ ਕਿ 25 ਪੈਕੇਟ ਜਿਹੜੇ ਹੈਰੋਇਨ ਦੇ ਮਿਲੇ ਆ ਤਾਂ ਉਸ ਟਾਈਮ ਵੀ ਜੋ ਜਾਣਕਾਰੀ ਹੈ ਉਸ ਦੇ ਮੁਤਾਬਕ ਬੀਐਸਐਫ ਦੇ ਵੱਲੋਂ ਫਾਇਰਿੰਗ ਕੀਤੀ ਗਈ ਤਕਰੀਬਨ 9 ਰਾਉਂਡ ਜਿਹੜੇ ਆ ਉਹ ਫਾਇਰ ਕੀਤੇ ਗਏ ਸਰਹੱਦ ਤੇ ਰਾਤ ਦੇ ਸਮੇਂ ਤਾਂ ਡਰੋਨ ਜਿਹੜਾ ਸੀ ਉਹ ਵਾਪਸ ਚਲਾ ਗਿਆ ਲੇਕਿਨ ਜਿਹੜਾ ਕੀ ਹੈ ਉਸ ਦੇ ਵੱਲੋਂ ਜੋ ਥਰੋ ਕੀਤਾ ਗਿਆ ਸੀ ਉਹ ਮਿਲਿਆ ਔਰ ਵੱਡੀ ਗੱਲ ਜੋ ਮੀਡੀਆ ਰਿਪੋਰਟਸ ਦੇ ਵਿੱਚ ਨਹੀਂ ਦਿਖਾਈ ਦਿੱਤੀ ਉਹ ਉਹ ਵੀ ਤੁਹਾਨੂੰ ਦੱਸ ਦਿੰਨਾ ਕਿ ਉਸ ਜਗ੍ਹਾ ਤੋਂ ਇੱਕ ਟੋਪੀ ਤੇ ਇੱਕ ਲੋਹੀ ਜਿਹੜੀ ਹੈ ਉਹ ਵੀ ਬਰਾਮਦ ਹੋਈ ਉਹ ਤਸਕਰ ਦੀ ਹੈ ਟੋਪੀ ਤੇ ਲੋਈ ਉਹ ਤਸਕਰ ਉਹ ਸੀਗਾ ਜਿਨੇ ਇੱਥੇ ਰਿਸੀਵ ਕਰਨਾ ਸੀ ਉਸ ਡਰੱਗਸ ਨੂੰ ਹਾਲਾਂਕਿ ਉਹ ਜਿਹੜਾ ਤਸਕਰ ਬੀਐਸਐਫ ਅਤੇ ਪੁਲਿਸ ਦੇ ਹੱਥੇ ਨਹੀਂ ਚੜਿਆ ਲੇਕਿਨ ਇੱਕ ਵੱਡੀ ਕਾਮਯਾਬੀ ਦੇ ਤੌਰ ਤੇ ਜ਼ਰੂਰ ਦੇਖਿਆ ਜਾ ਰਿਹਾ ਔਰ ਫਾਜ਼ਿਲਕਾ ਜ਼ਿਲ੍ਹੇ ਦੀ ਪੁਲਿਸ ਦੇ ਵੱਲੋਂ ਇਸ ਸਾਲ ਦੇ ਵਿੱਚ 300 ਨਾਲੋਂ ਵੱਧ ਜਿਹੜੇ ਐਨਡੀਪੀਐਸ ਦੇ ਮੁਕਦਮੇ ਜਿਹੜੇ ਆ ਉਹ ਦਰਜ ਕੀਤੇ ਗਏ ਆ ਔਰ ਇਸ ਤੋਂ ਇਲਾਵਾ 350 ਤੋਂ ਵੱਧ ਗ੍ਰਿਫਤਾਰੀਆਂ ਜਿਹੜੀਆਂ ਐਨਡੀਪੀਐਸ ਦੇ ਵਿੱਚ ਕੀਤੀਆਂ ਗਈਆਂ ਜਿਸ ਦੇ ਵਿੱਚ ਐਨਡੀਪੀਐਸ ਤੁਹਾਨੂੰ ਦੱਸਦੀ ਹੈ ਕਿ ਜੋ ਨਸ਼ਾ ਹੁੰਦਾ ਹੈ ਹੈਰੋਇਨ ਹੁੰਦੀ ਹੈ ਜਾਂ ਫਿਰ ਜੋ ਨਸ਼ੇ ਦੀਆਂ ਡਰੱਗਸ ਹੁੰਦੀਆਂ ਗੋਲੀਆਂ ਹੁੰਦੀਆਂ ਉਹਨਾਂ ਦੀ ਬਰਾਮਦਗੀ ਜਿਹੜੀ ਆ ਹੋਈ ਆ ਔਰ ਬੀਤੇ 1 ਮਹੀਨੇ ਦੇ ਵਿੱਚ 30 ਕਿਲੋ ਤੋਂ ਜ਼ਿਆਦਾ ਜਿਹੜੀ ਹੈਰੋਇਨ ਆ ਉਹ ਸਰਹੱਦ ਤੋਂ ਬੀਐਸਐਫ ਅਤੇ ਪੰਜਾਬ ਪੁਲਿਸ ਦੇ ਵੱਲੋਂ ਸਾਂਝੇ ਤੌਰ ਤੇ ਜਿਹੜੀ ਆ ਕਾਬੂ ਕੀਤੀ ਗਈ ਹੈ ਇਸ ਦੌਰਾਨ ਜਿਹੜੇ ਆ ਕਈ ਤਸਕਰ ਵੀ ਜਿਹੜੇ ਆ ਉਹ ਪੁਲਿਸ ਦੇ ਹੱਥੇ ਚੜ੍ਹੇ ਆ ਤਾਂ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਲਗਾਤਾਰ ਕੋਸ਼ਿਸ਼ਾਂ ਜਿਹੜੀਆਂ ਆ ਉਹ ਜਾਰੀ ਹੈ ਔਰ ਤਸਵੀਰਾਂ ਜਿਹੜੀਆਂ ਉਹ ਤੁਹਾਨੂੰ ਅਸੀਂ ਦਿਖਾ ਰਹੇ ਆ ਕੋਸ਼ਿਸ਼ ਇਹੀ ਹੋਏਗੀ ਕਿ ਅੱਜ ਅਸੀਂ ਪੁਲਿਸ ਦੇ ਨਾਲ ਜਾ ਕੇ ਦੇਖੀਏ ਕਿ ਰਾਤ ਦੇ ਸਮੇਂ ਹਾਲਾਤ ਜਿਹੜੇ ਆ ਉਹ ਸਰਹੱਦ ਤੇ ਕਿਸ ਤਰ੍ਹਾਂ ਦੇ ਹੁੰਦੇ ਆ ਤਾਂ ਉਹ ਤਸਵੀਰਾਂ ਜਿਹੜੀਆਂ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਤਾਂ ਬਣੇ ਰਹੋ ਸਾਡੇ ਨਾਲ ਇਸ ਟਾਈਮ ਅਸੀਂ ਮੰਡੀ ਕੋਵਾਯਾ ਦੇ ਨਜ਼ਦੀਕ ਜਿਹੜਾ ਕੀ ਪਹੁੰਚ ਚੁੱਕੇ ਆ ਤਾਂ ਇਸ ਤੋਂ ਬਾਅਦ ਅੱਗੇ ਅਸੀਂ ਬਾਰਡਰ ਵਾਲ ਨੂੰ ਵਧਾਂਗੇ ਸਿਕਿਉਰਿਟੀ ਰੀਜ਼ਨ ਦੇ ਕਾਰਨ ਜਗ੍ਹਾ ਜਿਹੜੀ ਆ ਉਹ ਅਸੀਂ ਨਹੀਂ ਦੱਸ ਸਕਦੇ ਕਿ ਹਾਈਵੇ ਤੋਂ ਅਸੀਂ ਕਿਸ ਰੋਡ ਜਾਵਾਂਗੇ ਲੇਕਿਨ ਤਸਵੀਰਾਂ ਜਿਹੜੀਆਂ ਤੁਹਾਨੂੰ ਉਹ ਜ਼ਰੂਰ ਅਸੀਂ ਦਿਖਾਵਾਂਗੇ ਤੁਹਾਡੇ ਨਾਲ ਸਾਂਝਾ ਕਰਾਂਗੇ ਤਾਂ ਟੀਵੀ ਦੇ ਇਤਿਹਾਸ 'ਚ ਪਹਿਲੀ ਵਾਰੀ ਹੋਏਗਾ ਜਦ ਰਾਤ ਦੇ ਸਮੇਂ ਕੋਈ ਨਿਊਜ਼ ਚੈਨਲ ਜਿਹੜਾ ਉਹ ਗਰਾਉਂਡ ਜ਼ੀਰੋ ਦੇ ਵਿੱਚ ਸਰਹੱਦ ਤੇ ਜ਼ੀਰੋ ਲਾਈਨ ਤੇ ਪਹੁੰਚੇਗਾ ਔਰ ਜ਼ੀਰੋ ਲਾਈਨ ਤੇ ਜਾ ਕੇ ਜਿਹੜਾ ਉੱਥੇ ਚੈੱਕ ਕੀਤਾ ਜਾਏਗਾ ਕਿ ਕਿਸ ਤਰ੍ਹਾਂ ਦੇ ਪ੍ਰਬੰਧ ਜਿਹੜੇ ਆ ਉਹ ਪੁਲਿਸ ਅਤੇ ਬੀਐਸਐਫ ਦੇ ਵੱਲੋਂ ਕੀਤੇ ਜਾਂਦੇ ਆ ਤੇ ਪੁਲਿਸ ਅਤੇ ਬੀਐਸਐਫ ਦਾ ਆਪਸੀ ਕੋਆਰਡੀਨੇਸ਼ਨ ਹੈ ਉਹ ਕਿਸ ਤਰ੍ਹਾਂ ਦਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਧੁੰਦ ਹੈ ਔਰ ਇਸੇ ਧੁੰਦ ਦੇ ਵਿੱਚ ਅਸੀਂ ਫੈਸਲਾ ਕੀਤਾ ਕਿ ਅੱਜ ਅਸੀਂ ਜਾਵਾਂਗੇ ਅਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿਉਂਕਿ ਇਸ ਧੁੰਦ ਦਾ ਤਸਕਰ ਜਿਹੜੇ ਨੇ ਉਹ ਫਾਇਦਾ ਚੱਕਣ ਦੀ ਕੋਸ਼ਿਸ਼ ਕਰਦੇ ਆ ਔਰ ਇਸ ਧੁੰਦ ਦੇ ਵਿੱਚ ਹੀ ਅੱਜ ਅਸੀਂ ਤੁਹਾਨੂੰ ਤਸਵੀਰਾਂ ਜਿਹੜੀਆਂ ਉਹ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਬਣੇ ਰਹੋ ਸਾਡੇ ਨਾਲ ਤਾਂ ਬਿਲਕੁਲ ਜਲਾਲਾਬਾਦ ਤੋਂ ਚੱਲ ਕੇ ਜਿਹੜਾ ਅਸੀਂ ਮੰਡੀ ਕਬਾਇਆ ਪਹੁੰਚੇ ਆ ਕਬਾਇਆ ਚੌਂਕੀ ਦੀਆਂ ਤਸਵੀਰਾਂ ਜਿਹੜੀਆਂ ਉਹ ਤੁਹਾਨੂੰ ਦਿਖਾ ਰਹੇ ਆ ਇਸ ਟਾਈਮ ਵੀ ਇੱਥੇ ਵੀ ਮੈਂ ਆਪਣੇ ਸਹਿਯੋਗੀ ਨੂੰ ਕਹਾ ਦੂਸਰੀ ਤਰਫ ਦਿਖਾਨ ਕਿਸ ਤਰ੍ਹਾਂ ਦੇ ਨਾਲ ਨਾਕਾ ਜਿਹੜਾ ਹੈਗਾ ਉਹ ਲੱਗਾ ਹੋਇਆ ਔਰ ਰਾਤ ਦੇ ਸਮੇਂ ਪੁਲਿਸ ਰੋਡ ਦੇ ਉੱਪਰ ਹਰੇਕ ਆਉਣ ਜਾਣ ਵਾਲੇ ਵਹੀਕਲ ਦੀ ਜਿਹੜੀ ਹੈ ਚੈਕਿੰਗ ਕਰਦੀ ਹੋਈ ਦਿਖਾਈ ਦੇ ਰਹੀ ਹੈ ਇਸ ਤੋਂ ਇਲਾਵਾ ਹਰੇਕ ਗੱਡੀ ਨੂੰ ਜਿਹੜਾ ਹੈਗਾ ਰੋਕਿਆ ਜਾ ਰਿਹਾ ਔਰ ਰੋਕਣ ਤੋਂ ਬਾਅਦ ਜਿਹੜਾ ਹੈਗਾ ਚੈਕਿੰਗ ਜਿਹੜੀ ਹੈ ਪੁਲਿਸ ਦੇ ਵੱਲੋਂ ਉਹ ਕੀਤੀ ਜਾ ਰਹੀ ਹੈ ਉੱਚ ਅਧਿਕਾਰੀ ਮੌਜੂਦ ਨੇ ਔਰ ਕਿੰਨਾ ਪ੍ਰੈਸ਼ਰ ਹੈ ਜਿਹੜਾ ਪੁਲਿਸ ਦੇ ਉੱਪਰ ਕਿਸ ਤਰ੍ਹਾਂ ਦਾ ਪ੍ਰੈਸ਼ਰ ਹੈਗਾ ਉਹ ਸਾਫ਼ ਦਿਖਾਈ ਦੇ ਰਿਹਾ ਰਾਤ ਦਾ तकरीबन 1 ਵਜੇ ਦਾ ਟਾਈਮ ਹੈ ਔਰ 1 ਵਜੇ ਦੇ ਟਾਈਮ ਤੇ ਵੀ ਪੁਲਿਸ ਅਤੇ ਜਿਹੜਾ ਕੀ ਹੈ ਚੈਕਿੰਗ ਜਿਹੜੀ ਚੱਲ ਰਹੀ ਹੈ ਗੱਲਬਾਤ ਕਰਾਂਗੇ ਸਾਡੇ ਨਾਲ ਡੀਐਸਪੀ ਸਾਹਿਬ ਦੂਸਰਾ ਪੁਆਇੰਟ ਹੈ ਜੀ ਇਹ ਜਲਾਲਾਬਾਦ ਤੋਂ ਬਾਅਦ ਜੀ ਇਹ ਦੂਸਰਾ ਪੁਆਇੰਟ ਹੈਗਾ ਇੱਥੇ ਨਾਲੇ ਚੌਕੀ ਹੈਗੀ ਸਾਡੀ ਘਵਾਇਆ ਚੌਕੀ ਹੈਗੀ ਹੈ ਤੇ ਇਹਦੇ ਅੰਦਰ ਵੀ ਜਿਹੜੇਗੇ ਦੋ ਜਿਹੜੇਗੇ ਬ੍ਰਿਓ ਬਾਰਡਰ ਦੇ ਨਾਲ ਜਿਹੜੇ ਸਾਡੀ ਪੋਸਟ ਆਈਆਂ ਉਹ ਪੈਨਿੰਗ ਹੈ ਸਾਰੇ ਹੁਣ ਤੁੰਦ ਹੈ ਤੁੰਦ ਦਾ ਜਿਹੜਾ ਕੀ ਹੈ ਫੌਗ ਸ਼ੁਰੂ ਹੋ ਗਈ ਹੁਣ ਅਸੀਂ ਆਏ ਆ ਰਸਤੇ 'ਚ ਵੀ ਕਾਫੀ ਤੁੰਦ ਸੀਗੀ ਤਾਂ ਇਸ ਦਾ ਫਾਇਦਾ ਜਿਹੜਾ ਹੈਗਾ ਉਹ ਵੀ ਚੱਕਣ ਦੀ ਕੋਸ਼ਿਸ਼ ਜਿਹੜੇ ਤਸਕਰ ਕਰਦੇ ਆ ਕਿੰਨਾ ਕੋ ਚੈਲੰਜ ਹੁੰਦਾ ਕਿਉਂਕਿ ਪਿੰਡਾਂ ਦੇ ਵਿੱਚ ਹੀ ਲੋਕ ਕਈ ਲੋਕ ਜਿਹੜੇ ਹੁੰਦੇ ਆ ਐਸ ਅ ਕੋਰੀਅਰ ਦਾ ਕੰਮ ਕਰਦੇ ਆ ਆਸਾਨੀ ਦੇ ਨਾਲ ਉਹ ਜਿਹੜਾ ਰਸਤਿਆਂ ਤੋਂ ਨਿਕਲ ਕੇ ਆਪਣੇ ਘਰਾਂ ਦੇ ਵਿੱਚ ਛੁਪ ਜਾਂਦੇ ਤੇ ਫਿਰ ਤੁਹਾਡੇ ਲਈ ਕਿੰਨਾ ਕੋ ਚੈਲੰਜ ਹੁੰਦਾ ਦੇਖੋ ਬਹੁਤ ਵੱਡਾ ਚੈਲੰਜ ਆਏਗੀ ਸਾਡੇ ਵਾਸਤੇ ਕਿਉਂਕਿ ਇੱਥੇ ਅਸੀਂ ਜਿਹੜੇ ਖੜਦੇ ਆਂ ਗਿਆਂ ਪੁਆਇੰਟਾਂ ਦੇ ਉੱਪਰ ਖੜਦੇ ਗਿਆਂ ਨੋ ਡਾਊਟ ਵੀ ਅਸੀਂ ਜਿਹੜੇ ਜਿਹੜੇ ਨਾਕੇ ਆਗੇ ਉਹ ਵੀ ਅਸੀਂ ਮੂਵਿੰਗ ਕਰ ਦਿੰਦੇ ਹੈਗਾ ਪਰ ਇਹਨਾਂ ਨੇ ਕੀ ਕਰਨਾ ਹੁੰਦਾ ਵਿੱਚ ਖੇਤਾਂ ਚ ਪੈਦਲ ਪੈਦਲ ਜਲ ਜਾਂਦੇ ਹੈਗੇ ਹੁਣ ਜੇ ਤੋਂਦੇ ਹੈਗੀ ਤੇ ਨਾਲ ਦਾ ਬੰਦਾ ਖੜਾ ਨਹੀਂ ਪਤਾ ਲੱਗਦਾ ਵੀ ਕਿਹੜਾ ਬੰਦਾ ਆ ਰਿਹਾ ਹੈਗਾ ਤੇ ਨਾ ਚਲਿ ਇਹਨਾਂ ਨੂੰ ਇਸ ਚੀਜ਼ ਦਾ ਬੈਨੀਫਿਟ ਤਾਂ ਹੈਗਾ ਹੀ ਹੈਗਾ ਵੀ ਕੋਈ ਨਾ ਕੋਈ ਕਰਕੇ ਤੇ ਉਧਰੋਂ ਨਿਕਲ ਜਾਂਦੇ ਹੈਗੇ अच्छा ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਇਹ ਆਪਾਂ ਦੂਸਰੇ ਪੁਆਇੰਟ ਤੇ ਆ ਗਏ ਮੇਰੇ ਖਿਆਲ ਚ 10 ਕਿਲੋਮੀਟਰ ਦੇ ਵਿੱਚ ਦੂਸਰਾ ਇਹ ਪੁਆਇੰਟ ਹੈਗਾ ਇਸ ਤੋਂ ਅੱਗੇ ਬਾਰਡਰ ਜਿਹੜਾ ਹੈਗਾ ਸਰਹੱਦ ਜ਼ੀਰੋ ਲਾਈਨ ਜਿਹੜੀ ਹੈਗੀ ਹੈ ਉਹ ਕਿਹੜਾ ਏਰੀਆ ਹੈਗਾ ਕਿੱਥੋਂ ਤੱਕ ਇੱਥੋਂ ਕਿੰਨੀ ਦੂਰ ਹੈ ਜਿਹੜਾ ਅਸੀਂ ਨੀਚੇ ਉਤਰ ਕੇ ਜਾਵਾਂਗੇ ਜਿੱਥੇ ਮਤਲਬ ਕਿ ਸਿੱਧੇ ਤੌਰ ਤੇ ਕਿ ਪੰਜਾਬ ਪੁਲਿਸ ਦੀ ਹੱਦ ਜਿਹੜੀ ਹੈ ਉਹ ਖਤਮ ਹੋ ਜਾਵੇ ਜੇ ਨਾਲ ਥੋੜੇ 15 ਕਿਲੋਮੀਟਰ ਨਾਲ ਬੰਦਾ ਟਾਲੀ ਹਾਲ ਪੈਂਦਾ ਹੈਗਾ ਜਿੱਥੇ ਸਾਡੇ ਜਿਹੜਾ ਐਂਡ ਜਿਹੜਾ ਸੈਕੰਡ ਪੁਆਇੰਟ ਆ ਉਹ ਜਿਹੜਾ ਨਾਕਾ ਜਿਹੜਾ ਉੱਥੇ ਲੱਗਾ ਹੋਇਆਗਾ ਉਸ ਤੋਂ ਅੱਗੇ ਫਿਰ ਜਿਹੜੀ ਬੀਸੀ ਬੀਐਸਐਫ ਦੀ ਜਿਹੜੀ ਪੋਸਟ ਆ ਉਹ ਹੈਗੀ ਹੈ ਤੇ ਨਾਲ ਹੀ ਜੇ ਥੋੜੀ ਉੱਥੇ ਘੱਟ ਹੋਈਗੀ ਉਹ ਤੁਹਾਨੂੰ ਨਜ਼ਰ ਆ ਜਾਏਗਾ ਵੀ ਹਾਂ ਵੀ ਪਾਕਿਸਤਾਨ ਦੀ ਜਿਹੜੀ ਲਾਈਟਰ ਨਾਲ ਜਲਦੀ ਹੈਗੀ ਹੈ ਤਾਂ ਬਿਲਕੁਲ ਚਲਗੇ ਸਰਫੇ ਹਾਂਜੀ ਚਲਦੇ ਹਾਂ ਬਿਲਕੁਲ ਚਲਦੇ ਚਲਦੇ ਤਾਂ ਬਿਲਕੁਲ ਜਿਹੜਾ ਇਸ ਤੋਂ ਅਗਲੇ ਪੁਆਇੰਟ ਤੇ ਵੀ ਹੁਣ ਚੱਲਾਂਗੇ ਅਸੀਂ ਸਰਹੱਦ ਤੱਕ ਜਾਣ ਦੀ ਕੋਸ਼ਿਸ਼ ਕਰਾਂਗੇ ਕੋਸ਼ਿਸ਼ ਕਰਾਂਗੇ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਅੱਜ ਜ਼ੀਰੋ ਲਾਈਨ ਦੀਆਂ ਜਿੱਥੇ ਪੰਜਾਬ ਪੁਲਿਸ ਅਤੇ ਬੀਐਸਐਫ ਕੋਆਰਡੀਨੇਸ਼ਨ ਦੇ ਨਾਲ ਰਾਤ ਦੇ ਸਮੇਂ ਮੁਸਤੈਦ ਰਹਿੰਦੀ ਹੈ ਚੈਕਿੰਗ ਹੁੰਦੀ ਹੈ ਉਸ ਏਰੀਆ ਦੇ ਵਿੱਚ ਹਾਲਾਤ ਜਿਹੜੇ ਆ ਉਹ ਇਸ ਤਰ੍ਹਾਂ ਦੇ ਹੁੰਦੇ ਆ ਕਿ ਰਾਤ ਨੂੰ ਉੱਥੇ ਕੋਈ ਵੀ ਸਿਵਲ ਬੰਦਾ ਜਿਹੜਾ ਹੈਗਾ ਉਹ ਨਹੀਂ ਜਾਣਦਾ ਜੇਕਰ ਉਹ ਜਾਂਦਾ ਤਾ ਫਿਰ ਉਹ ਸ਼ੱਕੀ ਕਿਨਿਆ ਜਾਂਦਾ ਕਿਉਂਕਿ ਉਸ ਏਰੀਏ ਦੇ ਵਿੱਚ ਅਨਧਿਕਾਰਿਤ ਤੌਰ ਤੇ ਰਾਤ ਦੇ ਸਮੇਂ ਕਰਫਿਊ ਹੁੰਦਾ ਕਿਉਂਕਿ ਉਸ ਏਰੀਏ ਦੇ ਵਿੱਚ ਆਮ ਸਿਵਲਨ ਨੂੰ ਜਿਹੜਾ ਹੈਗਾ ਜਾਣ ਦੀ ਇਜਾਜ਼ਤ ਨਹੀਂ ਹੈਗੀ ਉੱਥੇ ਵੀ ਜਾਵਾਂਗੇ ਕੋਸ਼ਿਸ਼ ਕਰਦੇ ਆ ਤਾਂ ਬਣੇਰੋ ਸਾਡੇ ਨਾਲ ਚੱਲਦੇ ਅੱਗੇ ਤਾਂ ਬਿਲਕੁਲ ਜਿਹੜਾ ਹੁਣ ਅਸੀਂ ਸਰਹੱਦ ਤੇ ਪਹੁੰਚ ਗਏ ਆ ਇਹ ਉਹ ਇਲਾਕਾ ਹੈ ਜਿਹੜਾ ਲਾਸਟ ਹੈ ਇਸ ਤੋਂ ਬਾਅਦ ਜਿਹੜਾ ਅ ਅੱਗੇ ਸਰਹੱਦ ਹੈ ਬਿਲਕੁਲ ਮਹਿਜ਼ ਇਸ ਪੁਆਇੰਟ ਤੋਂ 500 ਤੋਂ 1 ਕਿਲੋਮੀਟਰ ਤੱਕਨ 500 ਮੀਟਰ ਤੋਂ 1 ਕਿਲੋਮੀਟਰ ਤੱਕਨ ਜਿਹੜਾ ਹੈਗਾ ਅੱਗੇ ਰਸਤਾ ਬਚਦਾ ਤਾਂ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾਣੇ ਆ ਲਾਸਟ ਟੱਕਾ ਜਿਹੜਾ ਹੈਗਾ ਇਸ ਜਗ੍ਹਾ ਤੇ ਹੁੰਦਾ ਜਿੱਥੇ ਪੁਲਿਸ ਦੇ ਵੱਲੋਂ ਬੁਲੇਟ ਪ੍ਰੂਫ ਗੱਡੀ ਜਿਹੜੀ ਹੈ ਇੱਕ ਉਹ ਵੀ ਲਗਾਈ ਗਈ ਹੈ ਤਸਵੀਰਾਂ ਜਿਹੜੀਆਂ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਔਰ ਨਾਕਾ ਜਿਹੜਾ ਹੈਗਾ ਉਹ ਵੀ ਤੁਸੀਂ ਦੇਖ ਸਕਦੇ ਹੋ ਬੁਲੇਟ ਪ੍ਰੂਫ ਜਿਹੜੀ ਗੱਡੀ ਹੈ ਉਹ ਇੱਥੇ ਲਗਾਈ ਜਾਂਦੀ ਹੈ ਜੋ ਕਿ ਤਾਇਨਾਤ ਰਹਿੰਦੀ ਹੈ ਔਰ ਇਹ ਰਸਤਾ ਜਿਹੜਾ ਹੈਗਾ ਇਹ ਸਿੱਧੇ ਤੌਰ ਤੇ ਜਿਹੜਾ ਸਰਹੱਦ ਤੋਂ ਇਧਰ ਆਉਂਦਾ ਇਸ ਤੋਂ ਇਲਾਵਾ ਤਸਵੀਰਾਂ ਜਿਹੜੀਆਂ ਮੈਂ ਸਹਿਯੋਗੀ ਨੂੰ ਕਹਾਵਾਂਗਾ ਕਿ ਦੂਸਰੀ ਸਾਈਡ ਤੇ ਦਿਖਾਣ ਜਿਹੜਾ ਕਿ ਤੁਹਾਨੂੰ ਤੰਦ ਜਿਹੜੀ ਐ ਫੌਗ ਐਸ ਟਾਈਮ ਫੌਗ ਦੇ ਵਿੱਚ ਤਸਵੀਰਾਂ ਜਿਹੜੀਆਂ ਉਹ ਨਜ਼ਰ ਆ ਰਹੀਆਂ ਕਿਸ ਤਰ੍ਹਾਂ ਦੇ ਨਾਲ ਇਹ ਲਾਸਟ ਪੁਆਇੰਟ ਹੈਗਾ ਤਾਂ ਇਸ ਦੀ ਜਾਣਕਾਰੀ ਜਿਹੜੀ ਆ ਉਹ ਵੀ ਅਸੀਂ ਲੈਣੇ ਆ ਜੀ ਸਰ ਇਸ ਪੁਆਇੰਟ ਨੂੰ ਜਿਹੜਾ ਕੀ ਕਿਹਾ ਜਾਂਦਾ ਔਰ ਸੁਰੱਖਿਆ ਦੇ ਨਜ਼ਰੀਏ ਦੇ ਨਾਲ ਇਹ ਕਿੰਨਾ ਕੋ ਅਹਿਮ ਪੁਆਇੰਟ ਹੈ ਇਹਨੂੰ ਟਾਲੀ ਵਾਲਾ ਨਾਕਾ ਵੀ ਕਹਿੰਦੇ ਨੇ ਤੇ ਇਹ ਸਾਡਾ ਜਿਹੜਾ ਕਿ ਪੰਜਾਬ ਪੁਲਿਸ ਦਾ ਤੇ ਬੀਐਸਐਫ ਦਾ ਲਾਸਟ ਵਾਲਾ ਨਾਕਾ ਹੈਗਾ ਤੇ ਇਸ ਤੋਂ ਮਗਰ ਅੱਧਾ ਕਿਲੋਮੀਟਰ ਅੱਗੇ ਜਾ ਕੇ ਤੇ ਫਿਰ ਆਪਣਾ ਪਾਕਿਸਤਾਨ ਬਾਰਡਰ ਸ਼ੁਰੂ ਹੋ ਜਾਂਦਾ ਹੈਗਾ ਸਰ ਇਸ ਤੋਂ ਅੱਗੇ ਜੇਕਰ ਤੁਸੀਂ ਵੀ ਜਾਣਾ ਹੁੰਦਾ ਤਾਂ ਫਿਰ ਉਹਦੇ ਲਈ ਕੀ ਪ੍ਰੋਟੋਕਾਲ ਜਿਹੜਾ ਉਹ ਕਿਸ ਤਰ੍ਹਾਂ ਦਾ ਹੁੰਦਾ ਬੀਇੰਗ ਅ ਪੁਲਿਸ ਆਫੀਸਰ ਤਾਂ ਹੀ ਉੱਥੇ ਜਾ ਸਕਦੇ ਆ ਕਿਉਂਕਿ ਬੀਐਸਐਫ ਦੀ ਚੌਕੀ ਨਾ ਲੱਗੀ ਹੈ ਸਿਵਲ ਦਾ ਜਿਹੜਾ ਬੰਦਾ ਹੈਗਾ ਉੱਥੇ ਨਹੀਂ ਜਾ ਸਕਦਾ ਸਿਵਲ ਦਾ ਮਤਲਬ ਇੱਥੇ ਤਾਂ ਕੀ ਆ ਸਕਦਾ ਕਿਉਂਕਿ ਨਾਲੇ ਘਰ ਵਗੈਰ ਹੈਗੇ ਤੇ ਘਰਾਂ ਚਾ ਸਕਦੇ ਜਾਂ ਕੋਈ ਨ ਰਿਲੇਟਿਵ ਹੋਵੇਗਾ ਇਸ ਪੁਆਇੰਟ ਤੋਂ ਅੱਗੇ ਜਿਹੜੀ ਸਿਰਫ ਬੀਐਸਐਫ ਜਾਂ ਪੁਲਿਸ ਜਾਏਗੀ ਜਦ ਸਰਹੱਦ ਤੇ ਕੋਈ ਰਾਤ ਦੇ ਵੇਲੇ ਕੋਈ ਐਕਟੀਵਿਟੀ ਹੁੰਦੀ ਹੈ ਡਰੋਨ ਵਗੈਰਾ ਦੀ ਕੋਈ ਖਬਰ ਮਿਲਦੀ ਹੈ ਉਦੋਂ ਕੁਇਕ ਜਿਹੜਾ ਹੈਗਾ ਤੁਹਾਨੂੰ ਜਿਹੜੀ ਇਨਫੋਰਮੇਸ਼ਨ ਬੀਐਸਐਫ ਦੇ ਵੱਲੋਂ ਦਿੱਤੀ ਜਾਂਦੀ ਤੇ ਫਿਰ ਰਿਐਕਸ਼ਨ ਜਿਹੜਾ ਉਹ ਕਿਸ ਤਰ੍ਹਾਂ ਦਾ ਹੁੰਦਾ ਸਭ ਤੋਂ ਪਹਿਲੇ ਬੀਐਸਐਫ ਵੱਲੋਂ ਸੈਂਟਰਲ ਕੰਟਰੋਲ ਰੂਮ ਤੋਂ ਦੱਸ ਦਿੰਦੇ ਆ ਤੇ ਨਾਲ ਇਹ ਵੱਲ ਜਿਹੜਾ ਪੁਆਇੰਟ ਹੈਗਾ ਇਥੇ ਇਸ ਇਸ ਤਰ੍ਹਾਂ ਦੇ ਤੇ ਪੰਜ ਛੇ ਪੁਆਇੰਟ ਸਾਡੇ ਹੋਰ ਹੈਗੇ ਜਿਹੜੇ ਮੂਵੇਬਲ ਚਲਦੇ ਹੈਗੇ ਤੇ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਉਸ ਤੋਂ ਬਾਅਦ ਐਸਐਚਓ ਹੋ ਕੇ ਤੇ ਫਿਰ ਪਾਕਿਸਤਾਨ ਨੂੰ ਬਦਲ ਦੇ ਨਾਲ ਦੀ ਨਾਲ ਹੀ ਪੈਟਰੋਲਿੰਗ ਸਾਡੀ ਸ਼ੁਰੂ ਹੋ ਜਾਂਦੀ ਹੈ ਤੇ ਜਿਹੜੇ ਮੇਨ ਹਾਈਵੇ ਦੇ ਉੱਪਰ ਜਿਹੜੇ ਸਾਡੇ ਨਰਕੇ ਆ ਉਹ ਅਲਰਟ ਹੋ ਜਾਂਦੇ ਕਿ ਮੇਨ ਜਿਹੜੇ ਸਾਡੇ ਜਿਹੜੇ ਵਿੱਚ ਡਿਵਾਈਡ ਕਰਦੇ ਹੈਗੇ ਪਿੰਡਾਂ ਨੂੰ ਪਿੰਡਾਂ ਡਿਵਾਈਡ ਕਰਦੇ ਹੈਗੇ ਤੇ ਉੱਥੇ ਸਾਡੀ ਮੋਟਰਸਾਈਕਲ ਪੈਟਰੋਲਿੰਗ ਚੱਲਦੀ ਹੈ ਇਹ ਇਸ ਜਗ੍ਹਾ ਦੀ ਜ਼ਿਕਰ ਗੱਲ ਕੀਤੀ ਜਾਵੇ ਤਾਂ ਇਹ ਇਹ ਪੱਕੇ ਰਸਤੇ ਹੈਗੇ ਆ ਜਿਹੜੇ ਕਿ ਪੁਆਇੰਟਾਂ ਤੇ ਅਸੀਂ ਤੁਸੀਂ ਨਾਕੇ ਲਗਾ ਕੇ ਖੜੇ ਹਾਂ ਇਸ ਤੋਂ ਇਲਾਵਾ ਜਿਹੜੇ ਕੱਚੇ ਰਸਤੇ ਹੈਗੇ ਆ ਉਹਨਾਂ ਨੂੰ ਕਿਸ ਤਰ੍ਹਾਂ ਨਾਲ ਦੇਖਦੇ ਹਾਂ ਕਿਉਂਕਿ ਜਿਹੜੇ ਸਮਗਲਰ ਹੈਗੇ ਆ ਉਹ ਧੁੰਦ ਦਾ ਜਿਵੇਂ ਫਾਇਦਾ ਚੱਕਦੇ ਹੁਣ ਧੁੰਦ ਐ ਫੋਗ ਹੈਗੀ ਐ ਤਾਂ ਉਹ ਉਹਨਾਂ ਨੂੰ ਪਤਾ ਕਿ ਇੱਥੇ ਨਾਕਾ ਲੱਗਾ ਫਿਰ ਇੱਧਰ ਨੂੰ ਤਾਂ ਨਹੀਂ ਵਧਣਗੇ ਜਿਹੜੇ ਇਹ ਸਾਡੇ ਜਿਹੜੇ ਨਾਕੇ ਮੂਵੇਬਲ ਨਾਕੇ ਨੇ ਅਸੀਂ 2 ਘੰਟੇ ਤੇ ਖੜ ਜਾਨਾਗਾ ਫਿਰ 1 ਘੰਟੇ ਦੇ ਦੌਰ ਕਰ ਜਾਨਾ ਜਾ ਕੇ ਇਹਨਾਂ ਨੂੰ ਪੁਆਇੰਟ ਦਿੱਤੀ ਹੋਈ ਸਾਰੇ ਤੇ ਉਹਦੇ ਨਾਲ ਇੱਕ ਮੋਟਰਸਾਈਕਲ ਪਾਰਟੀ ਨਾਲ ਲੱਗੀ ਕਿ ਇਹ ਮੋਟਰਸਾਈਕਲ ਤੁਸੀਂ ਦੇਖਿਆ 2 ਮਿੰਟਾਂ ਉਸ ਤਰੀਕਾ ਕਾਲ ਕਰਦੇ ਨਾਲ ਨਾਲ ਵੀ ਇਸ ਪੁਆਇੰਟ ਤੱਕ ਪਹੁੰਚੋਦੇ ਉੱਤੇ ਬੋਲ ਜਾਂਦੇਗੇ ਕਿੰਨੇ ਮੁਲਾਜ਼ਮ ਹੈ ਪੀਸੀਆਰ ਔਰ ਪੰਜਾਬ ਪੁਲਿਸ ਦੇ ਜਿਹੜੇ ਰਾਤ ਨੂੰ ਇਸ ਸਾਡੇ 24 ਕਿਲੋਮੀਟਰ ਦੀ ਸਰਹੱਦ ਜਿਸ ਤਰ੍ਹਾਂ ਨਾਲ ਤੁਸੀਂ ਦੱਸੀ ਹੈ ਇੱਥੇ ਜਿਹੜੇ ਤਣਾਤ ਰਹਿੰਦੇ ਇੱਥੇ 52 ਜਿਹੜੇ ਮੁਲਾਜ਼ਮ ਹੈ ਟੋਟਲ ਬੀਂਗ ਸਾਰੇ ਐਸਐਚਓ ਚੌਕੀ ਇਨਚਾਰਜ ਜਿਹੜੇ ਹੁਣ ਜਿਵੇਂ ਪੈਟਰੋਲਿੰਗ ਚੱਲ ਰਹੀ ਹੈ ਉਹ 52 ਮੁਲਾਜ਼ਮ ਜਿਹੜੇ ਦਿਨ ਰਾਤ ਲੱਗੇ ਹੁੰਦੇ ਹਨ ਹਾਂਜੀ ਬਿਲਕੁਲ ਇਹ ਸਨ ਡੀਐਸਪੀ ਸਬਡਿਵੀਜ਼ਨ ਜਲਾਲਾਬਾਦਾ ਤੁਲ ਸੋਨੀ ਜਿਨ੍ਹਾਂ ਨੇ ਅੱਜ ਜਿਹੜਾ ਹੈਗਾ ਸਾਨੂੰ ਇੱਥੋਂ ਤੱਕ ਲੈ ਕੇ ਆਏ ਤਾਂ ਕੋਸ਼ਿਸ਼ ਜਿਹੜੀ ਆ ਉਹ ਅਸੀਂ ਵੀ ਕਰਾਂਗੇ ਅੱਗੇ ਤੱਕ ਜਿੱਥੋਂ ਤੱਕ ਨਜ਼ਰ ਜਾਂਦੀ ਕਿਉਂਕਿ ਮੌਸਮ ਜਿਹੜਾ ਹੈਗਾ ਉਹ ਵੀ ਧੁੰਦਦਾ ਤਾਂ ਇਸੇ ਧੁੰਦ ਦਾ ਫਾਇਦਾ ਜਿਹੜਾ ਹੈਗਾ ਤਸਕਰਾਂ ਦੇ ਵੱਲੋਂ ਵੀ ਚੱਕਿਆ ਜਾਂਦਾ ਤਾਂ ਪੁਲਿਸ ਕਿਸ ਤਰ੍ਹਾਂ ਦੇ ਨਾਲ ਸਰਗਰਮ ਹੈ ਉਹ ਵੀ ਤੁਹਾਨੂੰ ਦਿਖਾ ਰਹੇ ਆ ਤਸਵੀਰਾਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਲਾਸਟ ਪੁਆਇੰਟ ਹੈ ਜਿਹੜਾ ਇਹ ਲਾਸਟ ਪੁਆਇੰਟ ਹੈ ਇਸ ਤੋਂ ਬਾਅਦ ਜਿਹੜਾ ਅੱਗੇ ਸਿਵਲ ਬੰਦੇ ਨੂੰ ਜਾਣ ਦੀ ਮਨਾਹੀ ਹੈ ਔਰ ਬੀਂਗ ਤਸਵੀਰਾਂ ਜਿਹੜੀਆਂ ਉਧਰ ਮੈਂ ਕਹਾਂਗਾ ਕਿ ਇੱਕ ਵਾਰ ਦਿਖਾਨ ਕੈਮਰਾਮੈਨ ਤਸਵੀਰਾਂ ਉਧਰ ਦਿਖਾਨ ਕਿ ਇਸ ਤੋਂ ਅੱਗੇ ਜਿਹੜਾ ਹੈਗਾ ਉਹ ਜੋ ਲਾਈਟਾਂ ਸਾਹਮਣੇ ਤੁਹਾਨੂੰ ਦਿਖਾਈ ਦੇ ਰਹੀਆਂ ਇਸ ਤੋਂ ਅੱਗੇ ਸਿਵਲ ਜਿਹੜਾ ਹੈਗਾ ਇਨਸਾਨ ਸਿਵਲ ਬੰਦਾ ਜਿਹੜਾ ਹੈਗਾ ਉਹ ਨਹੀਂ ਜਾ ਸਕਦਾ ਔਰ ਪੁਲਿਸ ਮੁਲਾਜ਼ਮ ਜਿਹੜੇ ਆ ਉਹ ਜ਼ਰੂਰ ਜਾਂਦੇ ਆ ਔਰ ਇਸ ਤੋਂ ਇਲਾਵਾ ਇਸ ਰੋਡ ਤੇ ਬਹੁਤ ਸੈਂਸਿਟਿਵ ਰੋਡ ਮੰਨੀ ਜਾਂਦੀ ਹੈ ਰਾਤ ਦੇ ਸਮੇਂ ਇੱਕ ਕਰਫਿਊ ਜਿਹੜਾ ਹੈਗਾ ਉਸ ਤਰ੍ਹਾਂ ਦਾ ਕਰਫਿਊ ਹੁੰਦਾ ਇਸ ਰੋਡ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਆ ਵਹੀਕਲ ਇੱਕ ਆਇਆ ਤਾਂ ਉਸ ਦਾ ਜਿਹੜਾ ਪੁੱਛ ਪੜਤਾਲ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤਾਂ ਉਹ ਵੀ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਸ਼ਾਇਦ ਇੱਥੋਂ ਦੀ ਵਸਨੀਕ ਹੈਗੀ ਹੈ ਤਾਂ ਬਿਲਕੁਲ ਚੈਕਿੰਗ 체కింగ్ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਜਿਹੜੀਆਂ ਉਹ ਤੁਸੀਂ ਦੇਖ ਸਕਦੇ ਹੋ ਕਿ ਇਸ ਰੋਡ ਤੇ ਕਿਸ ਤਰ੍ਹਾਂ ਦੇ ਨਾਲ ਕਿੰਨਾ ਜਿਹੜਾ ਹੈਗਾ ਸੈਂਸਿਟਿਵ ਹੈ ਕਰੇ ਕਾਲਜ ਭੁੱਲਣ ਤੇ ਜਾਣਾ ਸੀ ਪ੍ਰੋਗਰਾਮ ਬੜੇ ਦੂਰ ਹਾਂਜੀ ਢੋਲੀ ਹੈ ਹਾਂਜੀ ਢੋਲੀ ਹੈ ਢੋਲੀ ਹੈ ਤਾਂ ਬਿਲਕੁਲ ਇੱਕ ਢੋਲੀ ਹੈ ਜਿਹੜਾ ਕਿਸੇ ਸ਼ਾਇਦ ਆ ਵੇ ਵੇ ਦਾ ਬਾਗੋ ਬਿਲਕੁਲ ਰਾਹ ਦੇ ਸਮੇਂ ਕਿਸ ਤਰ੍ਹਾਂ ਦੇ ਨਾਲ ਚੈਕਿੰਗ ਹੈ ਉਹ ਵੀ ਤੁਹਾਨੂੰ ਦਿਖਾਣੇ ਆ ਤਸਵੀਰਾਂ ਜਿਹੜੀਆਂ ਤੁਹਾਨੂੰ ਅਸੀਂ ਦਿਖਾ ਰਹੇ ਆ ਸਮਾਨ ਦੀ ਜਿਹੜੀ ਹੈ ਉਹ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਇੱਕ ਬਸ਼ਿੰਦਾ ਜਿਹੜਾ ਉਹ ਮਿਲਿਆ ਉਸ ਦੀ ਚੈਕਿੰਗ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਕੀ ਕੋਈ ਸਮਾਨ ਹੁੰਦੇ ਕੋਲ ਹਾਲਾਂਕਿ ਜਿਸ ਤਰ੍ਹਾਂ ਦੇ ਨਾਲ ਦੱਸ ਰਿਹਾ ਕਿ ਇਸ ਏਰੀਏ ਦੇ ਹੀ ਇਹ ਸ਼ਖਸ ਜਿਹੜਾ ਹੈ ਰਹਿਣ ਵਾਲਾ ਔਰ

ਕਿਸ ਤਰ੍ਹਾਂ ਦਾ ਜਿਹੜਾ ਚੈਲੰਜ ਆਉ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਰਾਤ ਦੇ ਸਮੇਂ ਹਰ ਇੱਕ ਆਂਜਾਨਨ ਵਾਲੇ ਦੀ ਜਿਹੜੀ ਹੈ ਚੈਕਿੰਗ ਕੀਤੀ ਜਾ ਰਹੀ ਹੈ ਔਰ ਚੈਕਿੰਗ ਦੇ ਦੌਰਾਨ ਉੱਚ ਅਧਿਕਾਰੀ ਆਪ ਜਿਹੜਾ ਮੌਜੂਦ ਹੈਗੇ ਆ ਹਾਲਾਂਕਿ ਇਹ ਲੋਕ ਜਿਹੜੇ ਹੈ ਵਸਿੰਦੇ ਇੱਥੋਂ ਦੇ ਰਹਿਣ ਵਾਲੇ ਇਨ੍ਹਾਂ ਪਿੰਡਾਂ ਦੇ ਰਹਿਣ ਵਾਲੇ ਹੈਗੇ ਆ ਤਾਂ ਇਸ ਦੇ ਮੱਦੇਨਜ਼ਰ ਜਿਹੜਾ ਹੈਗਾ ਚੈਕਿੰਗ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਕੋਈ ਸ਼ਾਇਦ ਵਹੀਕਲ ਜਿਹੜਾ ਹੈ ਉਹ ਆਇਆ ਹੈ ਤਾਂ ਤਸਵੀਰਾਂ ਜਿਹੜੀਆਂ ਉਹ ਅਸੀਂ ਅੱਜ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਜਦ ਅਸੀਂ ਰਾਤ ਦੇ ਸਮੇਂ ਆਪਣੇ ਘਰਾਂ ਦੇ ਵਿੱਚ ਚੈਨ ਦੀ ਨੀਂਦ ਸੌਂਦੇ ਆ ਤਾਂ ਇੰਨੀ ਧੁੰਦ ਤੇ ਇੰਨੀ ਠੰਡ ਦੇ ਵਿੱਚ ਪੰਜਾਬ ਪੁਲਿਸ ਕਿਸ ਤਰ੍ਹਾਂ ਦੇ ਨਾਲ ਸਾਡੀ ਰਾਖੀ ਕਰਦੀ ਹੈ ਗਰਾਊਂਡ ਤੇ ਅੱਜ ਆਏ ਆ ਅਸੀਂ ਜਿਸ ਜਗ੍ਹਾ ਤੇ ਅਸੀਂ ਖੜੇ ਆ ਟਾਲੀ ਵਾਲਾ ਔਰ ਲਾਸਟ ਸਟੇਸ਼ਨ ਹੈਗਾ ਇੱਥੋਂ ਮਹਿਜ਼ 1 ਤੋਂ 2 ਕਿਲੋਮੀਟਰ ਦੂਰ ਤੇ ਇੰਟਰਨੈਸ਼ਨਲ ਬਾਰਡਰ ਹੈਗਾ ਜਿਸ ਤੇ ਜਿਹੜਾ ਕਿ ਬੀਐਸਐਫ ਤਾਇਨਾਤ ਹੈਗੀ ਹੈ ਤਾਂ ਪੁਲਿਸ ਦਾ ਜੋ ਦਾਇਰਾ ਹੈਗਾ ਉਹ ਇੱਥੋਂ ਤੱਕ ਐਸੋਗੇ ਜਿਹੜਾ ਸਿਵਲ ਇਨਸਾਨ ਜਿਹੜੇ ਸਿਵਲ ਜਿਹੜੇ ਆ ਉਹ ਨਹੀਂ ਜਾ ਸਕਦੇ ਕੈਮਰਾ ਜਿਹੜਾ ਇਸ ਤੋਂ ਅੱਗੇ ਅਸੀਂ ਨਹੀਂ ਲੈ ਕੇ ਜਾ ਸਕਦੇ ਤਾਂ ਇੱਥੋਂ ਤੱਕ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਸਕਦੇ ਸੀ ਉਸੇ ਤੁਹਾਨੂੰ ਦਿਖਾਈਆਂ ਇੱਕ ਕੋਸ਼ਿਸ਼ ਜਿਹੜੀ ਹੈ ਉਹ ਸਾਡੇ ਵੱਲ ਅੱਜ ਕੀਤੀ ਗਈ ਹੈ ਰਾਤ ਦੇ ਸਮੇਂ ਪੁਲਿਸ ਦਾ ਕੰਮ ਕਿਸ ਤਰ੍ਹਾਂ ਦਾ ਹੁੰਦਾ ਹੈ ਪੁਲਿਸ ਕਿਸ ਤਰ੍ਹਾਂ ਦੇ ਨਾਲ ਚੌਕਸੀ ਵਰਤਦੀ ਹੈ ਪੁਲਿਸ ਦੇ ਵੱਲੋਂ ਕਿਸ ਤਰ੍ਹਾਂ ਦੇ ਨਾਕੇ ਜਿਹੜੇ ਆ ਉਹ ਲਗਾਏ ਜਾਂਦੇ ਆ ਤਾਂ ਮੈਨੂੰ ਦਿਓ ਇਜਾਜ਼ਤ ਵੀਡੀਓ ਜਰਨਲਿਸਟ ਮੌਂਟੀ ਬਜਾਜ ਦੇ ਨਾਲ ਅਰਵਿੰਦਰ ਤਨੇਜਾ ਸਾਂਝਾ ਟੀਵੀ ਪੰਜਾਬ